रेडी ਪਿੰਡੂ ਵਿਕਾਸ ਦੀ ਸਮੱਸਿਆ ਨੂੰ ਲੈ ਕੇ ਆਜ਼ਾਦੀ ਮਿਲਣ ਤੋਂ ਪਹਿਲਾਂ ਦੋ ਮਹਾਨ ਵਿਅਕਤੀਆਂ ਨੇ ਇਸ ਖੇਤਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ ਡੰਡੀ ਇੱਕ ਸੰਨ ਮਿਸਟਰ ਐਫ ਐਲ ਬ੍ਰਾਇਨ ਤੇ ਦੂਜੇ ਮਹਾਤਮਾ ਗਾਂਧੀ ਡੰਡੀ ਮਿਸਟਰ ਬ੍ਰਾਇਨ ਪੰਜਾਬ ਦੇ ਜ਼ਿਲ੍ਹਾ ਗੁਰਦਾਉਂ ਵਿੱਚ ਡਿਪਟੀ ਕਮਿਸ਼ਨਰ ਸਨ ਡੰਡੀ ਇਸ ਜ਼ਿਲ੍ਹੇ ਵਿੱਚ ਹੀ ਉਹਨਾਂ ਨੇ ਆਪਣਾ ਕੰਮ ਆਰੰਭਿਆ ਸੀ ਡੰਡੀ ਔਸਤਰੀ ਵਿਦਿਆ ਤੇ ਦੇਸੀ ਰੂੜੀ ਦੇ ਟੋਏ ਪੁੱਟਣ ਉੱਤੇ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਡੰਡੀ ਪਰ ਉਹਨਾਂ ਦਾ ਕੰਮ ਉੱਥੇ ਹੀ ਮੁੱਕ ਗਿਆ ਜਦ ਉਹਨਾਂ ਦੀ ਬਦਲੀ ਕਿਸੇ ਹੋਰ ਸਥਾਨ ਉੱਤੇ ਹੋ ਗਈ ਡੰਡੀ ਮਹਾਤਮਾ ਗਾਂਧੀ ਦੀ ਵੱਡੀ ਦੇਣ ਪਿੰਡਾਂ ਵਿੱਚ ਘਰੇਲੂ ਦਸਤਕਾਰੀਆਂ ਉੱਤੇ ਜ਼ੋਰ ਦੇਣਾ ਸੀ ਡੰਡੀ ਇਸ ਦਾ ਪ੍ਰਚਾਰ ਉਹਨਾਂ ਨੇ ਦੇਸ਼ ਵਿੱਚ ਥਾ-ਥਾ ਸਥਾਪਿਤ ਕੀਤੇ ਆਸ਼ਰਮਾਂ ਰਾਹੀਂ ਕੀਤਾ ਡੰਡੀ ਪੁਰਾਣੀ ਕਹਾਵਤ ਮਸ਼ਹੂਰ ਹੈ ਪਿੰਡ ਰੱਬ ਦੇ ਸ਼ਹਿਰ ਆਦਮੀਆਂ ਦੇ ਡੰਡੀ ਮਹਾਤਮਾ ਗਾਂਧੀ ਆਖਿਆ ਕਰਦੇ ਸਨ ਕਿ ਪਿੰਡ ਦੇਸ਼ ਦੀ ਆਤਮਾ ਹਾਂ ਡੰਡੀ ਸਹੀ ਸੁਭਰਾਜ ਪਿੰਡਾਂ ਦੁਆਰਾ ਹੀ ਆਵੇਗਾ ਡੰਡੀ ਪਿੰਡਾਂ ਦੀ ਸੇਵਾ ਹੀ ਸਵਰਾਜ ਸਥਾਪਤੀ ਹੈ ਡੰਡੀ ਇੱਕ ਵਾਰੀ ਉਹਨਾਂ ਨੇ 26 ਜਨਵਰੀ 1942 ਦੇ ਹਰੀਜਨ ਵਿੱਚ ਲਿਖਿਆ ਸੀ ਕਿ ਗ੍ਰਾਮ ਸਵਰਾਜ ਤੋਂ ਮੇਰਾ ਮਤਲਬ ਇਹ ਹੈ ਕਿ ਇਹ ਇੱਕ ਸੰਪੂਰਨ ਗਨਰਾਜ ਹੁੰਦਾ ਹੈ ਆਪਣੀਆਂ ਵੱਡੀਆਂ ਲੋੜਾਂ ਲਈ ਆਪਣੇ ਗਵਾਂਢੀਆਂ ਤੋਂ ਸਤੰਤਰ ਤੇ ਹੋਰ ਕਿੰਨੀਆਂ ਹੀ ਲੋੜਾਂ ਲਈ ਦੂਜਾ ਰੈਡੀ ਉੱਤੇ ਨਿਰਪਰ ਤੇ ਦੂਜੇ ਉਸ ਉੱਤੇ ਨਿਰਪਰ ਡੰਡੀ ਇਸ ਲਈ ਹਰ ਇੱਕ ਪਿੰਡ ਦਾ ਪਹਿਲਾ ਕੰਮ ਹੈ ਉਹ ਖਾਣ ਲਈ ਫਸਲਾਂ ਪੈਦਾ ਕਰਨਾ ਤੇ ਕੱਪੜਿਆਂ ਲਈ ਕਪਾਹ ਡੰਡੀ ਆਪਣੇ ਪਸ਼ੂਆਂ ਲਈ ਬੱਕਰੀਆਂ ਚਰਾਉਂਦਾ ਤੇ ਬਾਲਗ ਬੱਚਿਆਂ ਲਈ ਮਨੋਰੰਜਨ ਤੇ ਖੇਡ ਦੇ ਮੈਦਾਨ ਡੰਡੀ ਬਹੁਤੀ ਜ਼ਮੀਨ ਹੋਵੇ ਤਾਂ ਧਨ ਕਮਾਉਣ ਲਈ ਫਸਲਾਂ ਉਗਾਈਆਂ ਜਾਣ ਡੰਡੀ ਪਰ ਇਹਨਾਂ ਵਿੱਚ ਗਾਂਜਾ ਤੰਬਾਕੂ ਤੇ ਫੀਮ ਆਦ ਦੀ ਉਪਜਨਾ ਹੋਵੇ ਡੰਡੀ ਪਿੰਡਾਂ ਵਿੱਚ ਇੱਕ ਪਿੰਡੂ ਥੀਏਟਰ ਸਕੂਲ ਤੇ ਪਬਲਿਕ ਹਾਲ ਹੋਵੇ ਡੰਡੀ ਪਿੰਡਾਂ ਦਾ ਆਪਣਾ ਜਲ ਘਰ ਹੋਵੇ ਜਿੱਥੇ ਯਕੀਨੀ ਤੌਰ ਉੱਤੇ ਪੀਣ ਲਈ ਸ਼ੁੱਧ ਪਾਣੀ ਮਿਲ ਸਕੇ ਡੰਡੀ ਇਸ ਤਰ੍ਹਾਂ ਦੇ ਪਾਣੀ ਦਾ ਪ੍ਰਵੰਧ ਖੂਹ ਤੇ ਤਲਾਬਾਂ ਰਾਹੀਂ ਹੋ ਸਕਦਾ ਹੈ ਡੰਡੀ ਮੁੱਢਲੀ ਵਿੱਦਿਆ ਜ਼ਰੂਰੀ ਹੋਵੇ ਡੰਡੀ ਜਿੱਥੋਂ ਤੱਕ ਸੰਭਵ ਹੋਵੇ ਹਰ ਕਾਰਜ ਸਹਿਕਾਰੀ ਪੱਧਰ ਉੱਤੇ ਨਿਜਠਿਆ ਜਾਵੇ ਡੰਡੀ ਜਾਤਾਂ ਕੋਈ ਨਹੀਂ ਹੋਣਗੀਆਂ ਜਿਵੇਂ ਕਿ ਅੱਜਕੱਲ੍ਹ ਅਸ਼ੂਤ ਆਦ ਅਸੀਂ ਰੱਖਦੇ ਹਾਂ ਸਤਿਅਗ੍ਰਹਿ ਦੇ ਢੰਗ ਦੀ ਅਹਿੰਸਾ ਤੇ ਨਾ ਮਿਲਵਰਤਨ ਦੇ ਢੰਗ ਦੀ ਅਹਿੰਸਾ ਪਿੰਡ ਦੇ ਲੋਕਾਂ ਲਈ ਸਵਿੱਕਾਰ ਹੋਵੇਗੀ ਡੰਡੀ ਪਿੰਡ ਰਾਖਿਆ ਰਾਖਿਆਂ ਤੋਂ ਜ਼ਰੂਰੀ ਸੇਵਾ ਲਈ ਜਾਵੇਗੀ ਜਿਹੜੇ ਕੇ ਪਿੰਡ ਵੱਲੋਂ ਲਾਏ ਰਜਿਸਟਰ ਅਨੁਸਾਰ ਬਾਰੀ ਨਾਲ ਚੁਣੇ ਜਾਇਆ ਕਰਨਗੇ ਡੰਡੀ ਪਿੰਡ ਸਰਕਾਰ ਦਾ ਕੰਮ ਪੰਜ ਬੰਦਿਆਂ ਦੀ ਪੰਚਾਇਤ ਰਾਹੀਂ ਕੀਤਾ ਜਾਵੇਗਾ ਡੰਡੀ ਇਹ ਪੰਜ ਬੰਦੇ ਸਾਲਾਨਾ ਚੋਣ ਰਾਹੀਂ ਬਾਲਗ ਪਿੰਡੂਆਂ ਦੁਆਰਾ ਜਿੰਨਾ ਵਿੱਚ ਮਰਦ ਤੇ ਇਸਤਰੀ